ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਕਥਾ 146 ਅੰਗ ਤੱਕ, ਦੋ ਬੀਰ ਬਾਨਾ ਬਧੈ ਅਧ ਅਧੰ ਦੋ ਸ਼ਸਤਰ ਧਾਰੀ ਮਹਾਜੁਤ ਕ੍ਰੋਧੰ ਦੋ ਕਰੂਰ ਕਰਮੰ ਦੋ ਜਾਨ ਬਾਹੰ ਦੋ ਹੱਦ ਹਿੰਦੂਨ ਸ਼ਾਹਾਨ ਸ਼ਾਹਾਂ, ਇੱਥੋਂ ਤੱਕ ਸਰਵਣ ਕੀਤੀ ਸੀ। ਅੱਜ ਆਪਾਂ ਉਸ ਤੋਂ ਅੱਗੇ ਦੇ ਪਾਠ ਦਿਰਥ ਵਿਚਾਰ ਸਰਵਣ ਕਰਾਂਗੇ। ਦੋ ਸ਼ਸਤਰ ਧਾਰੰ ਦੋ ਪਰਮਤਾਨ ਦੋ ਢਾਲ ਢੀ ਚਾਲ ਹਿੰਦੂ ਹਿੰਦਾਨ ਦੋ ਸ਼ਸਤਰ ਵਰਤੀ ਦੋ ਛਤਰ ਤਾਰੀ ਦੋ ਪਰਮ ਜੋਧਾ ਮਹਾ ਜੁੱਧਕਾਰੀ ਦੋਵੇਂ ਸੂਰਮੇ ਦੁਰਯੋਧਨ ਅਤੇ ਭੀਮ ਸੈਨ ਸ਼ਸਤਰ ਧਾਰਨ ਵਾਲੇ ਅਤੇ ਮਹਾਨ ਦਾਨੀ ਵੀ ਸਨ। ਹਿੰਦੁਸਤਾਨ ਦੇ ਦੋਵੇਂ ਹਿੰਦੂ ਵੀਰਤਾ ਦੇ ਸੱਚੇ ਵਿੱਚ ਢਲੇ ਹੋਏ ਸਨ। ਦੋਵੇਂ ਸ਼ਸਤਰਾਂ ਦੀ ਵਰਤੋਂ ਕਰਨ ਵਾਲੇ ਅਤੇ ਛੱਤਰ ਧਾਰਨ ਕਰਨ ਵਾਲੇ ਸਨ। ਦੋਵੇਂ ਮਹਾਨ ਯੋਧੇ ਅਤੇ ਯੁੱਧ ਕਰਨ ਵਾਲੇ ਸਨ। ਦੋ ਖੰਡ ਖੰਡੇ ਦੋ ਮੰਡ ਮੰਡੰ ਦੋ ਜੋਧ ਜੈਤਵਾਰ ਜੋਧਾ ਪ੍ਰਚੰਡੰ ਦੋ ਬੀਰਬਾਨੀ ਦੋ ਬਾਹ ਸਾਹੰ ਦੋ ਸੂਰ ਸੈਨੰ ਦੋ ਸੂਰ ਮਾਹੰ। ਦੋਵੇਂ ਸੂਰਮੇ ਖੰਡਾਂ ਨੂੰ ਖੰਡਣ ਵਾਲੇ ਅਤੇ ਕਈ ਤਰ੍ਹਾਂ ਦੀਆਂ ਬਣਤਰਾਂ ਬਣਾਉਣ ਵਾਲੇ ਸਨ। ਦੋਵੇਂ ਬੜੇ ਬੜੇ ਯੋਧਿਆਂ ਨੂੰ ਜਿੱਤਣ ਵਾਲੇ ਬੜੇ ਪ੍ਰਚੰਡ ਯੋਧੇ ਸਨ। ਦੋਵੇਂ ਸੂਰਮਿਆਂ ਦੇ ਆਗੂ ਅਤੇ ਦੋਵੇਂ ਰਾਜ ਦੀ ਬਾਂਹ ਸਨ। ਦੋਹਾਂ ਪਾਸਿਆਂ ਦੀਆਂ ਫੌਜਾਂ ਦੇ ਵਿੱਚ ਸੂਰਜ ਅਤੇ ਚੰਦਰਮਾ ਵਾਂਗੂ ਪ੍ਰਕਾਸ਼ਵਾਨ ਸਨ। ਦੋ ਚੱਕਰਵਰਤੀ ਦੋ ਸ਼ਸਤਰਵੇਤਾ ਦੋ ਜੰਗ ਜੋਧੇ ਦੋ ਜੰਗ ਜੇਤਾ ਦੋ ਚਿੱਤਰ ਜੋਤੀ ਦੋ ਚਿੱਤਰ ਚਾਪੰ ਦੋ ਚਿੱਤਰਵਰਮਾ ਦੋ ਦੁਸ਼ਟ ਤਾਪੰ। ਦੋਵੇਂ ਚੱਕਰਵਰਤੀ ਰਾਜੇ ਸਨ ਅਤੇ ਦੋਵੇਂ ਸ਼ਸਤਰਾਂ ਦੀ ਵਰਤੋਂ ਦੇ ਪੂਰੇ ਜਾਣਕਾਰ ਸਨ। ਦੋਵੇਂ ਜੰਗ ਵਿੱਚ ਫਤਿਹ ਪ੍ਰਾਪਤ ਕਰਨ ਵਾਲੇ ਸਨ। ਦੋਵੇਂ ਪ੍ਰਕਾਸ਼ ਦੀ ਮੂਰਤ ਸਨ ਅਤੇ ਦੋਵੇਂ ਧਨੁੱਖ ਦਾ ਚਿੱਤਰ ਸਨ। ਦੋਵੇਂ ਢਾਲ ਦੀ ਮੂਰਤ ਸਨ ਅਤੇ ਦੋਵੇਂ ਦੁਸ਼ਟਾਂ ਨੂੰ ਤਪਾਉਣ ਵਾਲੇ ਸਨ, ਭਾਵ ਦੁਸ਼ਟ ਦੁਖੀਆਂ ਨੂੰ ਨਾਸ਼ ਕਰਨ ਵਾਲੇ ਸਨ। ਦੋ ਖੰਡ ਖੰਡੇ ਦੋ ਮੰਡ ਮੰਡੰ ਦੋ ਚਿੱਤਰ ਜੋਤੇ ਸੋ ਜੋਧਾ ਪ੍ਰਚੰਡੰ ਦੋ ਮਤ ਬਾਰੁਨਾ ਬਿਕਰਮ ਸਮਾਨੰ ਦੋ ਸ਼ਸਤਰਵੇਤਾ ਦੋ ਸ਼ਸਤਰਪਾਣੰ। ਦੋਵੇਂ ਖੰਡਿਆਂ ਵਾਲਿਆਂ ਸੂਰਮਿਆਂ ਨੂੰ ਖੰਡਣ ਵਾਲੇ ਸਨ ਅਤੇ ਦੋਵੇਂ ਬਣਤਰਾਂ ਬਣਾਉਣ ਵਾਲੇ ਸਨ। ਦੋਵੇਂ ਪ੍ਰਕਾਸ਼ ਦੀ ਮੂਰਤ ਅਤੇ ਬੜੇ ਪ੍ਰਚੰਡ ਤੇਜਵਾਨ ਯੋਧੇ ਸਨ। ਦੋਵੇਂ ਮਸਤ ਹਾਥੀਆਂ ਵਾਂਗੂ ਮਸਤਾਨੇ ਸਨ ਅਤੇ ਦੋਵੇਂ ਰਾਜਾ ਬਿਕਰਮਾਜੀਤ ਵਰਗੇ ਪਰਉਪਕਾਰੀ ਅਤੇ ਦਾਨੀ ਵੀ ਸਨ। ਦੋਵੇਂ ਸ਼ਸਤਰ ਵਿੱਦਿਆ ਦੇ ਗਿਆਤਾ ਸਨ ਅਤੇ ਦੋਹਾਂ ਦੇ ਹੱਥਾਂ ਵਿੱਚ ਸ਼ਸਤਰ ਫੜੇ ਹੋਏ ਸਨ। ਦੋ ਪਰਮ ਜੋਤੀ ਦੋ ਕ੍ਰੁੱਧਵਾਨ ਦੋ ਸ਼ਸਤਰਵੇਤਾ ਦੋ ਰੂਪਖਾਨ ਦੋ ਛਤਰਪਾਲੰ ਦੋ ਛਤਰ ਧਰਮ ਦੋ ਜੁੱਧ ਜੋਧਾ ਦੋ ਕਰੂਰ ਕਰਮ। ਦੋਵੇਂ ਮਹਾਨ ਸੂਰਮੇ ਸਨ ਅਤੇ ਦੋਵੇਂ ਬੜੇ ਕ੍ਰੋਧ ਧਾਰਨ ਕਰਨ ਵਾਲੇ ਸਨ। ਦੋਵੇਂ ਸ਼ਸਤਰ ਵਿੱਦਿਆ ਦੇ ਜਾਣਕਾਰ ਸਨ ਅਤੇ ਦੋਵੇਂ ਸੁੰਦਰਤਾ ਦੇ ਖਾਨ ਸਨ। ਦੋਵੇਂ ਛਤਰੀਆਂ ਦੀ ਪਾਲਣਾ ਰੱਖਿਆ ਕਰਨ ਵਾਲੇ ਅਤੇ ਦੋਵੇਂ ਛਤਰੀ ਧਰਮ ਯੁੱਧ ਕਰਨ ਵਾਲੇ ਸਨ। ਦੋਵੇਂ ਜੰਗ ਅਤੇ ਯੋਧੇ ਸਨ ਅਤੇ ਦੋਵੇਂ ਭਿਆਨਕ ਕਰਮ ਕਰਨ ਵਾਲੇ ਸਨ। ਦੋ ਮੰਡਲਾਕਾਰ ਜੂਜੈ ਬਿਰਾਜੈ ਹੱਥੈ ਹਰ ਦੂੰ ਠੋਕੈ ਭੁਜਾ ਪਾਏ ਗਾਜੈ ਦੋ ਖਤਰਹਾਣੰ ਦੋ ਖਤਰ ਖੰਡੰ ਦੋ ਖੱਗ ਪਾਨੰ ਦੋ ਛੇਤਰ ਮੰਡੰ। ਦੋਵੇਂ ਸੂਰਮੇ ਰਣਭੂਮੀ ਵਿੱਚ ਗੋਲ ਚੱਕਰ ਬਣਾ ਕੇ ਜੰਗ ਕਰ ਰਹੇ ਸਨ। ਦੋਵੇਂ ਆਪਣਿਆਂ ਹੱਥਾਂ ਨਾਲ ਆਪਣੀਆਂ ਬਾਹਾਂ ਨੂੰ ਠੋਕਦੇ ਸਨ ਅਤੇ ਮੈਦਾਨ ਵਿੱਚ ਗੱਜ ਰਹੇ ਸਨ।
ਦੋਵੇਂ ਖੱਤਰੀ ਪੁਣੇ ਨਾਲ ਭਰਪੂਰ ਸਨ ਅਤੇ ਦੋਵੇਂ ਖੱਤਰੀਆਂ ਸੂਰਮਿਆਂ ਨੂੰ ਨਾਸ਼ ਕਰਨ ਵਾਲੇ ਸਨ। ਦੋਹਾਂ ਨੇ ਹੱਥਾਂ ਵਿੱਚ ਤਲਵਾਰਾਂ ਫੜੀਆਂ ਹੋਈਆਂ ਸਨ ਅਤੇ ਦੋਵੇਂ ਰਣਭੂਮੀ ਦਾ ਸ਼ਿੰਗਾਰ ਸਨ। ਦੋਂ ਚਿੱਤਰ ਜੋਤੇ ਦੋਂ ਚਾਰ ਵਿਚਾਰੰ, ਦੋਂ ਮੰਡਲਾਕਾਰ ਖੰਡਾ ਅਵਾਰੰ, ਦੋਂ ਖੱਗ ਖੂਨੀ ਦੋਂ ਖਤਰਹਾਣ, ਦੋਂ ਖਤਰ ਖੇਤਾ ਦੋਂ ਛਤਰਪਾਣ। ਦੋਵੇਂ ਸੂਰਮੇ ਸੁੰਦਰ ਜੋਤੀ ਵਾਲੇ ਸਨ ਅਤੇ ਦੋਵੇਂ ਸ਼ੁੱਭ ਵਿਚਾਰਾਂ ਵਾਲੇ ਸਨ। ਦੋਵੇਂ ਗੋਲ ਚੱਕਰ ਬਣਾ ਕੇ ਬੇਰੋਕ ਟੋਕ ਖੰਡਾ ਚਲਾ ਰਹੇ ਸਨ। ਦੋਹਾਂ ਦੀਆਂ ਤਲਵਾਰਾਂ ਖੂਨ ਨਾਲ ਲੱਥ ਪੱਥ ਸਨ ਅਤੇ ਦੋਵੇਂ ਖੱਤਰੀਆਂ ਸੂਰਮਿਆਂ ਨੂੰ ਮਾਰ ਰਹੇ ਸਨ। ਦੋਹਾਂ ਦਾ ਜਨਮ ਖਤਰਾਨੀਆਂ ਇਸਤਰੀਆਂ ਤੋਂ ਹੋਇਆ ਸੀ ਅਤੇ ਦੋਹਾਂ ਵਿੱਚ ਛੱਤਰੀ ਪੁਣਾ ਭਾਵ ਸੂਰਮਿਆਂ ਦਾ ਧਰਮ ਸੀ। ਦੋਂ ਬੇਰ ਬਿਬ ਆਸਤ ਧਾਰੇ, ਨਿਹਾਰੇ ਰਹੇ ਬਯੋਂ ਮੈਂ ਭੂਮ ਗਾਉਣੈ ਹਕਾਰੇ, ਹੱਕਾ ਹੱਕ ਲਾਗੇ ਧਨੰ ਧਨ ਜੰਪਿਓ, ਚੱਕਿਓ ਜਛ ਰਾਜੰ ਪ੍ਰਿਥੇ ਲੋਕ ਕੰਪਿਓ। ਦੋਹਾਂ ਯੋਧਿਆਂ ਨੇ ਦੋਹਰੇ ਸ਼ਸਤਰ ਧਾਰਨ ਕੀਤੇ ਹੋਏ ਸਨ। ਜਿਹੜੇ ਰਾਜੇ ਮਰਕੇ ਆਕਾਸ਼ ਮੰਡਲ ਵਿੱਚ ਫਿਰੜੇ ਸਨ, ਉਹ ਇਹਨਾਂ ਨੂੰ ਆਪਣੇ ਕੋਲ ਬੁਲਾ ਰਹੇ ਸਨ। ਉਹ ਆਕਾਸ਼ ਵਾਸੀ ਰਾਜੇ ਇਹਨਾਂ ਨੂੰ ਆਵਾਜ਼ਾਂ ਮਾਰ ਰਹੇ ਸਨ ਅਤੇ ਇਹਨਾਂ ਨੂੰ ਧਨ ਧਨ ਕਹਿ ਰਹੇ ਸਨ। ਇਹਨਾਂ ਦੋਹਾਂ ਨੂੰ ਜੰਗ ਕਰਦਿਆਂ ਵੇਖ ਕੇ ਜੱਛਾਂ ਦਾ ਰਾਜਾ ਕੁਬੇਰ ਹੈਰਾਨ ਹੋ ਰਿਹਾ ਸੀ ਅਤੇ ਧਰਤੀ ਕੰਬ ਰਹੀ ਸੀ। ਹਨਿਓ ਰਾਜ ਦੁਰਯੋਧਨੰ ਜੁੱਧ ਭੂਮੰ, ਭਜੇ ਸਵੈ ਜੋਧਾ ਚਲੀ ਧਾਮ ਧੂਮੰ, ਕਰਿਓ ਰਾਜ ਨਹਿ ਕੰਟਕੰ ਕੌਰ ਪਾਲੰ, ਪੁਨਰਜਾਇ ਕੈ ਮੰਝ ਸਿਜੈ ਹਵਾਲੰ। ਰਣਭੂਮੀ ਵਿੱਚ ਜੰਗ ਕਰਦਿਆਂ ਕਰਦਿਆਂ ਭੀਮ ਦੇ ਹੱਥੋਂ ਦੁਰਯੋਧਨ ਮਾਰਿਆ ਗਿਆ। ਜੰਗ ਵਿੱਚ ਬੜੀ ਧੂਮਧਾਮ ਮਚਾਉਣ ਵਾਲੇ ਸਭ ਸੂਰਮੇ ਭੱਜ ਉੱਠੇ। ਦੁਰਯੋਧਨ ਦੇ ਮਰ ਜਾਣ ਤੋਂ ਬਾਅਦ ਯੁਧਿਸ਼ਠਰ ਨੇ ਨਿਸ਼ੰਗ ਹੋ ਕੇ ਰਾਜ ਕੀਤਾ। ਫਿਰ ਅਖੀਰ ਸਮੇਂ ਪੰਜ ਪਾਂਡਵ ਭਰਾ ਹਿਮਾਲਿਆ ਪਰਬਤ ਵਿੱਚ ਗਲ ਕੇ ਮਰ ਗਏ। ਤਹਾਂ ਏਕ ਗੰਧਰਵ ਸਿਉਂ ਯੁੱਧ ਮਚਿਓ, ਤਹਾਂ ਭੂਰ ਪਾਲੰਗ ਧੁਰਾ ਰੰਗ ਰਚਿਓ, ਤਹਾਂ ਛਤਰ ਕੇ ਭੀਮਾ ਹਸਤੀ ਚਲਾਏ, ਫਿਰੈ ਮੱਧ ਗੈਨੰ ਅਜਉ ਲਉ ਨਾ ਆਏ। ਤਦੋਂ ਇੱਕ ਗੰਧਰਵ ਨਾਲ ਪਾਂਡਵਾਂ ਦਾ ਯੁੱਧ ਮਚਿਆ। ਉੱਥੇ ਭੂਰ ਪਾਲ ਗੰਧਰਵ ਨੇ ਧੁੰਦ ਪਾ ਦਿੱਤੀ। ਉਸ ਸਮੇਂ ਭੀਮ ਸੈਨ ਨੇ ਦੁਸ਼ਮਣਾਂ ਦੇ ਹਾਥੀਆਂ ਨੂੰ ਚੁੱਕ ਕੇ ਉੱਪਰ ਆਕਾਸ਼ ਵੱਲ ਸੁੱਟ ਦਿੱਤਾ ਸੀ। ਉਹ ਹਾਥੀ ਅਜੇ ਤੱਕ ਆਕਾਸ਼ ਵਿੱਚ ਫਿਰ ਰਹੇ ਹਨ, ਹੇਠਾਂ ਧਰਤੀ 'ਤੇ ਵਾਪਸ ਨਹੀਂ ਆਏ। ਸੁਣੈ ਬੈਨ ਕਉ ਭੂ ਪਿਓ, ਐਂਠ ਨਾਕੰ ਕਰਿਓ ਹਾਸ ਮੰਦੈ, ਬੁਲਿਓ ਇਮ ਬਾਕੰ ਰਹਿਓ ਨਾਕ ਮੈਂ ਕੁਸ਼ਟ ਛਤਰੇ ਸਵਾਨੰ, ਭਈ ਤਾਉਨ ਹੀ ਰੋਗ ਤੇ ਭੂਪ ਹਾਨੰ। ਜਦੋਂ ਰਾਜੇ ਜਨ ਮੇਜੇ ਨੇ ਹਾਥੀਆਂ ਦੇ ਆਕਾਸ਼ ਵਿੱਚ ਸੁੱਟੇ ਜਾਣ ਦਾ ਬਿਰਤਾਂਤ ਸੁਣਿਆ ਤਾਂ ਉਸਨੇ ਨਫ਼ਰਤ ਨਾਲ ਨੱਕ ਚੜ੍ਹਾਇਆ ਅਤੇ ਬੁੱਲਾਂ ਵਿੱਚ ਮੁਸਕਰਾਇਆ ਅਤੇ ਕਹਿਣ ਲੱਗਾ ਕਿ ਇਹ ਗੱਲ ਗੱਪ ਹੈ, ਇਸ ਲਈ ਕੋਈ ਸੱਚਾਈ ਨਹੀਂ। ਰਾਜੇ ਦੇ ਇਹਨਾਂ ਕਹਿਣ ਨਾਲ ਉਸਦੇ ਸਰੀਰ ਵਿੱਚ 36ਵਾਂ ਹਿੱਸਾ ਕੋੜ ਨੱਕ 'ਤੇ ਰਹਿ ਗਿਆ, ਉਹ ਦੂਰ ਨਾ ਹੋਇਆ। ਅੰਤ ਨੂੰ ਇਸੇ ਰੋਗ ਨਾਲ ਰਾਜੇ ਦੀ ਮੌਤ ਹੋ ਗਈ। ਚੌ ਪੋਏ ਇਮ ਚੌਰਾਸੀ ਬਰਖ ਪ੍ਰਮਾਣੰਗ, ਸਪਤਮਾ ਚੌ ਬੀਸ ਦਿਨਾਨੰਗ, ਰਾਜਕੀਓ ਜਨਮੇਜਾ ਰਾਜਾ ਕਾਲ ਨਿਸ਼ਾਨ ਬਹੁਰ ਸਿਰਗਾ ਜਾ। ਇਸ ਤਰ੍ਹਾਂ ਰਾਜੇ ਜਨਮੇਜੇ ਨੇ 84 ਸਾਲ 7 ਮਹੀਨੇ ਅਤੇ 24 ਦਿਨਾਂ ਤੱਕ ਇਸ ਧਰਤੀ 'ਤੇ ਰਾਜ ਕੀਤਾ। ਫਿਰ ਉਸਦੇ ਸਿਰ 'ਤੇ ਕਾਲ ਦਾ ਨਗਾਰਾ ਵੱਜ ਗਿਆ, ਭਾਵ ਉਸਦੀ ਮ੍ਰਿਤਿਉ ਹੋ ਗਈ। ਇਤ ਸ੍ਰੀ ਗਿਆਨ ਪ੍ਰਬੋਧ ਗ੍ਰੰਥੇ ਰਾਜਾ ਜਨਮੇਜਾ ਰਾਜਵਰਣਨੰ 5ਵੇਂ ਅਧਿਆਇ ਸਮਾਪਤੰ, 7 ਸਵੰ 7 ਅਪਜੋਂ। ਸ੍ਰੀ ਗਿਆਨ ਪ੍ਰਬੋਧ ਗ੍ਰੰਥ ਰਾਜੇ ਜਨਮੇਜੇ ਦੇ ਰਾਜ ਦੀ ਕਥਾ 5ਵਾਂ ਅਧਿਆਇ ਇੱਥੇ ਸਮਾਪਤ ਹੁੰਦਾ ਹੈ। 7ਵੇਂ ਸਵੰ 7 ਅੱਗੇ ਹੋਰ ਚੱਲਦਾ ਹੈ।
ਅਗਲੇ ਪ੍ਰਸੰਗ ਦੇ ਵਿੱਚ ਆਪਾਂ 6ਵਾਂ ਅਧਿਆਇ ਜਿਸ ਵਿੱਚ ਰਾਜਾ ਅਜੈ ਸਿੰਘ ਦੇ ਰਾਜ ਦਾ ਵਰਣਨ ਕੀਤਾ ਗਿਆ ਹੈ ਉਹ ਸਰਵਣ ਕਰਾਂਗੇ। ਇਤਨੀਆਂ ਇਹ ਬੇਨਤੀਆਂ ਪ੍ਰਵਾਨ ਕਰਨਾ ਜੀ। ਕਥਾ ਕਰਦਿਆਂ ਪਾਠ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।